ਗੁੱਡ ਈਵਨਿੰਗ ਫਰੈਂਡਸ, ਕਿਵੇਂ ਹੋ ਤੁਸੀਂ ਸਾਰੇ? ਮੈਂ ਹੈ ਹਰਮੀਤ, ਆਈ ਹੋਪ ਸਾਰੇ ਵਧੀਆ ਹੋਵੋਗੇ। ਫਰੈਂਡਸ, ਅੱਜ ਦਾ ਬਲੌਗ ਮੈਂ ਈਵਨਿੰਗ ਤੋਂ ਸਟਾਰਟ ਕਰ ਰਹੀ ਹਾਂ। ਅਸੀਂ ਅੱਜ ਕੀ ਬਣਾ ਰਹੇ ਹੈਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਅਤੇ ਈਵਨਿੰਗ ਦਾ ਮੌਸਮ ਬਹੁਤ ਵਧੀਆ ਹੈਗਾ, ਸ਼ਾਮ ਦਾ ਮੌਸਮ ਠੰਡ ਜੀ ਪੈਣ ਲੱਗ ਗਈ ਹੈਗੀ। ਸੂਰਜ ਵੀ ਬਸ ਛਿਪਣ ਹੀ ਵਾਲਾ ਹੈਗਾ। ਪੰਜ ਸਾਢੇ ਪੰਜ ਦਾ ਟਾਈਮ ਹੈਗਾ ਹੁਣ ਪਿੰਡਾਂ 'ਚ, ਤਾਂ ਬਸ ਇਸ ਟਾਈਮ ਨੂੰ ਸਬਜ਼ੀ ਵਗੈਰਾ ਬਣਾ ਲੈਂਦੇ ਹੈਗੇ, ਅਤੇ ਅਸੀਂ ਵੀ ਸਬਜ਼ੀ ਵਗੈਰਾ ਜਲਦੀ ਬਣਾ ਲੈਂਦੇ ਹੈਗੇ। ਫਰੈਂਡਸ, ਜੇ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਕਰ ਦੇਣਾ, ਅਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਮੈਂ ਹੋਰ ਵੀਡੀਓਜ਼ ਪਾ ਸਕਾਂ। ਥੈਂਕ ਯੂ। ਫਰੈਂਡਸ, ਅੱਜ ਅਸੀਂ ਸ਼ਾਮ ਨੂੰ ਬਣਾ ਰਹੇ ਹੈਗੇ ਆ ਬੈਂਗਣ ਦਾ ਭੜਤਾ, ਅਤੇ ਉਹ ਭੜਤੇ ਵਿੱਚ ਮਤਲਬ ਦੁੱਧ ਵਾਲਾ ਭੜਤਾ ਬਣਾਵਾਂਗੇ। ਚਲੋ ਦੇਖਦੇ ਹਾਂ ਫਿਰ ਅਸੀਂ ਕਿਵੇਂ ਬਣਾਉਣੇ ਹੈਗੇ ਇਹ ਬੈਂਗਣ। ਫਰੈਂਡਸ, ਸਾਈਜ਼ 'ਚ ਕਾਫੀ ਵੱਡੇ ਆ ਤਾਂ ਕਰਕੇ ਇਹਨਾਂ ਨੂੰ ਕੱਟ ਕੇ ਅਤੇ ਉਬਾਲ ਲਿਆ ਗਾ ਅਸੀਂ, ਚੰਗੀ ਤਰ੍ਹਾਂ ਉਬਾਲ ਲਿਆ ਗਾ। ਫਰੈਂਡਸ, ਉਬਲੇ ਹੋਏ ਭੜਤੇ ਨੂੰ ਆਪਾਂ ਜਾਲੀ 'ਚ ਕੱਢ ਲਾਂਗੇ ਅਤੇ ਠੰਡਾ ਹੋਣ ਵਾਸਤੇ ਰੱਖ ਦਾਂਗੇ, ਅਤੇ ਜਦੋਂ ਠੰਡਾ ਹੋ ਜਾਊਗਾ ਤਾਂ ਉਹਦਾ ਛਿਲਕਾ ਉਤਾਰ ਲਵਾਂਗੇ। ਇਹ ਭੜਤਾ ਫਰੈਂਡਸ ਬਿਨਾਂ ਦੁੱਧ ਤੋਂ ਵੀ ਬਣ ਜਾਂਦਾ ਗਾ, ਅਤੇ ਉਹਦੇ ਵਿੱਚ ਟਮਾਟਰ ਵਗੈਰਾ ਪਾਉਂਦੇ ਹੈਗੇ, ਅਤੇ ਅਸੀਂ ਦੁੱਧ ਵਾਲਾ ਬਣਾਉਣਾ ਤਾਂ ਕਰਕੇ ਇਹਦੇ 'ਚ ਤੜਕੇ ਵਿੱਚ ਟਮਾਟਰ ਨਹੀਂ ਪਾਵਾਂਗੇ, ਸਿਰਫ ਲਸਣ ਪਿਆਜ਼ ਅਤੇ ਮਿਰਚ ਪਾਵਾਂਗੇ ਬਸ ਟੇਸਟ ਵਾਸਤੇ। ਹਰੀ ਮਿਰਚ ਅਤੇ ਲਾਲ ਮਿਰਚ, ਲਸਣ ਵੀ ਆਪਾਂ ਛਿੱਲ ਲਈਏ ਅਤੇ ਹਰੀ ਮਿਰਚ ਅਤੇ ਲਾਲ ਮਿਰਚ ਹੈਗੀ, ਅਤੇ ਪਿਆਜ਼ ਕੱਟ ਰਹੇ ਹਾਂਗੇ। ਜਦੋਂ ਆਪਣਾ ਪਤੀਲਾ ਫਰੈਂਡਸ ਗਰਮ ਹੋ ਜਾਊਗਾ ਤਾਂ ਆਪਾਂ ਸਰ੍ਹੋਂ ਦਾ ਤੇਲ ਪਾ ਲਾਂਗੇ। ਇੱਕ ਕੜਛੀ ਸਰ੍ਹੋਂ ਦੇ ਤੇਲ ਦੀ ਪਾਈ ਹੈਗੀ, ਅਤੇ ਬਹੁਤ ਹੈਗਾ। ਜਦੋਂ ਆਇਲ ਗਰਮ ਹੋ ਜਾਊਗਾ ਤਾਂ ਆਪਾਂ ਜੀਰਾ ਪਾ ਦੇਵਾਂਗੇ, ਅੱਧਾ ਚਮਚ ਦੇ ਕਰੀਬ ਜੀਰਾ ਪਾਇਆ ਹੈਗਾ। ਆਪਣਾ ਆਇਲ ਫਰੈਂਡਸ ਗਰਮ ਹੀ ਹੈਗਾ ਤਾਂ ਕਰਕੇ ਜੀਰਾ ਆਪਣੇ ਆਪ ਭੁੰਨਿਆ ਜਾਊਗਾ, ਅਤੇ ਪਿਆਜ਼ ਪਾ ਤੇ ਹੈਗੇ ਅਸੀਂ। ਜੇ ਤੁਸੀਂ ਚਾਹੋ ਤਾਂ ਕੁਛ ਟਾਈਮ ਜੀਰਾ ਭੁੰਨਣ ਤੋਂ ਬਾਅਦ ਵੀ ਪਿਆਜ਼ ਪਾ ਸਕਦੇ ਹੋਗੇ। ਜਦੋਂ ਪਿਆਜ਼ ਆਪਣੇ ਭੁੰਨੇ ਜਾਣਗੇ ਤਾਂ ਆਪਾਂ ਜਿਹੜਾ ਲਸਣ ਅਤੇ ਹਰੀ ਮਿਰਚ ਅਤੇ ਲਾਲ ਮਿਰਚ ਹੈਗੀ ਉਹ ਪਾ ਦੇਵਾਂਗੇ, ਅਤੇ ਨਾਲ ਹੀ ਜਿਹੜੇ ਹੋਰ ਮਸਾਲੇ ਪਾਉਣੇ ਹੈਗੇ ਬੇਸਿਕ ਉਹ ਪਾ ਦਾਂਗੇ। ਬੇਸਿਕ ਮਸਾਲੇ ਪਾਉਣੇ ਹੈਗੇ ਨਮਕ, ਮਿਰਚ, ਹਲਦੀ ਅਤੇ ਧਨੀਆ ਪਾਊਡਰ। ਜੇ ਤੁਸੀਂ ਦੁੱਧ ਵਾਲਾ ਨਹੀਂ ਬਣਾਉਣਾ ਤਾਂ ਟਮਾਟਰ ਵਗੈਰਾ ਪਾ ਸਕਦੇ ਹੋਗੇ। ਅਸੀਂ ਟਮਾਟਰ ਨਹੀਂ ਪਾਇਆ ਕਿਉਂਕਿ ਉਹਦੇ ਨਾਲ ਫਿਰ ਜਿਹੜਾ ਲਾਸਟ 'ਚ ਦੁੱਧ ਪਾਵਾਂਗੇ ਉਹ ਫਟ ਜੂਗਾ। ਜਦੋਂ ਆਪਾਂ ਮਸਾਲੇ ਪਾ ਤੇ ਆ ਤਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿੱਝੇ ਪਾ ਲਵਾਂਗੇ। ਜਦੋਂ ਪੂਰੀ ਚੰਗੀ ਤਰ੍ਹਾਂ ਰਿੱਝ ਜੂਗਾ ਮਸਾਲਾ ਜਿਹੜਾ ਤੜਕਾ ਆਪਣਾ, ਅਤੇ ਜਿੰਨੀ ਕੁ ਆਪਾਂ ਨੂੰ ਵੀ ਸੰਘਣੀ ਚਾਹੀਦੀ ਹੈ ਤਰੀ ਜਾਂ ਵੀ ਠੀਕ ਜੇ ਚਾਹੀਦਾ ਹੈਗਾ,
ਉਵੇਂ ਪਾ ਲਵਾਂਗੇ। ਅਸੀਂ ਇੱਕ ਕੱਪ ਪਾਣੀ ਦਾ ਪਾਇਆ ਕਿਉਂਕਿ ਅਸੀਂ ਬਾਅਦ 'ਚੋਂ ਦੁੱਧ ਵੀ ਪਾਉਣਾ ਗਾ। ਬਸ ਆਪਣੇ ਬੋਇਲ ਹੀ ਹੈ ਜਿਹੜਾ ਪਰਥਾ ਬੈਂਗਣ ਹੈਗੇ ਬੋਇਲ ਹੀ ਹੈ, ਤਾਂ ਕਰਕੇ ਉਹਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ ਬਣ 'ਚ, ਬਸ 5-7 ਮਿੰਟ 'ਚ ਹੀ ਬਣ ਜੂਗਾ। ਬਸ ਤੜਕਾ ਰਿੱਝ ਗਿਆ ਜਦੋਂ ਚੰਗੀ ਤਰ੍ਹਾਂ ਪੱਕ ਗਿਆ ਆਪਣਾ, ਅਤੇ ਜਿਹੜਾ ਆਪਣਾ ਮੈਸ਼ ਕੀਤਾ ਹੋਇਆ ਗਾ ਬੈਂਗਣ ਹੈ ਉਹ ਪਾ ਦੇਵਾਂਗੇ, ਅਤੇ ਬਸ ਢੱਕ ਕੇ ਫਿਰ ਰੱਖ ਦੇਵਾਂਗੇ। ਜਿਹੜਾ ਤੜਕਾ ਫਰੈਂਡਸ ਉਹ ਪੱਕ ਚੁੱਕਿਆ ਗਾ, ਰਿੱਝ ਗਿਆ ਚੰਗੀ ਤਰ੍ਹਾਂ, ਅਤੇ ਜਿਹੜਾ ਆਪਣਾ ਬੋਇਲ ਬੈਂਗਣ ਉਹ ਪਾ ਤਾ ਗਾ ਵਿੱਚ, ਅਤੇ ਬਸ ਇਹਨੂੰ ਢੱਕ ਦਾਂਗੇ ਕੁਛ ਟਾਈਮ ਵਾਸਤੇ। ਜਿਹੜੀ ਸਬਜ਼ੀ ਹੈ ਫਰੈਂਡਸ ਉਹਨੂੰ 7-8 ਮਿੰਟ ਹੋ ਚੁੱਕੀ ਹੈ, ਚੰਗੀ ਤਰ੍ਹਾਂ ਰਿੱਝ ਚੁੱਕੀ ਹੈ, ਬਣ ਚੁੱਕੀ ਹੈ, ਅਤੇ ਹੁਣ ਆਪਾਂ ਇਹਦੇ 'ਚ ਦੁੱਧ ਪਾ ਦੇਵਾਂਗੇ। ਦੁੱਧ ਆਪਣਾ ਬੋਇਲ ਹੀ ਹੈ ਤਾਂ ਕਰਕੇ ਜ਼ਿਆਦਾ ਰਿੱਝੇ ਨਹੀਂ ਪਾਵਾਂਗੇ, ਨਹੀਂ ਤਾਂ ਇਹ ਫਟਣ ਦੇ ਚਾਂਸ ਰਹਿੰਦੇ ਹੈਗੇ। ਜੇ ਕੱਚਾ ਹੋਵੇ ਤਾਂ ਇੱਕ ਵਾਰੀ ਆਪਾਂ ਮਤਲਬ ਬਾਲਾ ਦਵਾ ਸਕਦੇ ਹੈਗੇ, ਰਿੱਝਣ ਲੱਗ ਜੇ ਜਦੋਂ ਵੀ ਫਿਰ ਬਣ ਜੂਗੀ। ਫਰੈਂਡਸ ਆਪਾਂ ਜਦੋਂ ਕੋਈ ਵੀ ਦੁੱਧ ਵਾਲੀ ਸਬਜ਼ੀ ਬਣਾਉਣੀ ਹੈ ਤਾਂ ਜਦੋਂ ਦੁੱਧ ਪਾਉਣੇ ਆ ਤਾਂ ਢੱਕ ਕੇ ਨਾ ਉਹਨੂੰ ਉਬਾਲਾ ਦਵਾਵੇ, ਉਹ ਮਤਲਬ ਉੱਪਰੋਂ ਢੱਕਣ ਉਤਾਰ ਕੇ ਉਹਨੂੰ ਉਬਾਲਾ ਦਵਾਵੇ, ਫਿਰ ਉਹ ਦੁੱਧ ਫਟਦਾ ਨਹੀਂ ਗਾ ਉਹਦੇ ਨਾਲ। ਦੇਖੋ ਫਰੈਂਡਸ ਦੁੱਧ ਪਾਉਣ ਨਾਲ ਬਿਲਕੁਲ ਡਿਫਰੈਂਟ ਜੀ ਸਬਜ਼ੀ ਬਣ ਗਈ ਹੈਗੀ, ਅਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣੀ ਹੈਗੀ ਇਹ, ਅਤੇ ਐਂ ਵੀ ਹੈ ਨਹੀਂ ਗੀ ਵੀ ਜ਼ਿਆਦਾ ਮਸਾਲਾ ਵਗੈਰਾ ਹੈਗਾ ਇਹਦੇ 'ਚ, ਬਹੁਤ ਮਤਲਬ ਹਲਕੀ ਜਿਹੀ ਲੱਗਦੀ ਹੈਗੀ ਸਬਜ਼ੀ ਖਾਣ 'ਚ, ਇੰਨੀ ਜ਼ਿਆਦਾ ਨਹੀਂ ਲੱਗਦੀ ਹੈਗੀ। ਇਹ ਸਬਜ਼ੀ ਆਪਣੀ ਬਣ ਗਈ ਹੈ ਅਤੇ ਬਸ ਫਰਾਈ 'ਚ ਕੱਢ ਲਵਾਂਗੇ। ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ ਸੋ ਮੱਚ।